ਕੁਦਰਤ ਦਾ ਕਹਿਰ ਅਜੇ ਵੀ ਜਾਰੀ ਹੈ। ਜਿੱਥੇ ਹੜ੍ਹਾਂ ਦੇ ਨਾਲ ਬੇਹੱਦ ਨੁਕਸਾਨ ਹੋਇਆ, ਉੱਥੇ ਹੀ ਹੁਣ ਫਿਰੋਜ਼ਪੁਰ 'ਚ ਵਾਹ ਰੌਲਾ ਦੇਖਣ ਨੂੰ ਮਿਲਿਆ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਖੁਸ਼ਕਿਸਮਤੀ ਇਹ ਰਹੀ ਕਿ ਇਸ ਤੂਫਾਨ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਵਾਹ ਰੌਲੇ ਨੇ ਕਈ ਰੁੱਖ ਆਪਣੀ ਲਪੇਟ 'ਚ ਲੈ ਲਏ। ਆਓ ਤੁਸੀਂ ਵੀ ਪਾਓ ਇਸ ਵੀਡੀਓ 'ਤੇ ਇੱਕ ਨਜ਼ਰ। Subscribe to One India channel and never miss an update.